ਹਾਂਜੀ ਕਿਸਾਨ ਵੀਰੋ ਕੁਛ ਦਿਨ ਪਹਿਲਾਂ ਆਪਾਂ ਨੈਟ ਤੇ ਵੀਡੀਓ ਪਾਈ ਸੀ ਤੇ ਬਹੁਤ ਵੀਰ ਕਹਿੰਦੇ ਸੀ ਕਿ ਵੀਰ ਮਾਲੋ ਇਹ ਦੀ ਮਾਂ ਪਿਓ ਕਿੱਥੋਂ ਲਈ ਦੱਸਿਓ ਸਾਨੂੰ ਤੇ ਆਪਾਂ ਲਾਈ ਵੀ ਦੋਸਤੋ ਉਹਨਾਂ ਦੇ ਬਾਈ ਉਹਨਾਂ ਦੇ ਘਰੋਂ ਵੀਡੀਓ ਬਣਾਈ ਸੀ ਆਹ ਦੋਸਤੋ ਕੱਟੀ ਦੀ ਜਿਹੜੀ ਮਾਂ ਵਾ ਤੁਸੀਂ ਦੇਖ ਸਕਦੇ ਸਾਹਮਣੇ 14 ਤੋਂ 15 ਕਿਲੋ ਦੁੱਧ ਦੀ ਮਾਲਕਾ ਨੇ ਤੇ ਇਹ ਆਸਲਾਂ ਦੇ ਰਵੇ ਚੋਂ ਵੀਰ ਨੇ ਆਪਾਂ ਨੂੰ ਦੱਸਿਆ ਸੀ ਇਸ ਟਾਈਮ ਵੀ ਜਿਹੜਾ 8-9 ਕਿਲੋ ਦੁੱਧ ਤੇ ਇਹ ਚੱਲ ਰਹੀ ਆ 6 ਮਹੀਨੇ ਜਾਂ ਦੋਸਤੋ ਕੱਟੀ ਦੀ ਤੇ ਮੇਰੇ ਹਿਸਾਬ ਨਾਲ ਗਾਂ ਗੱਬਣਾ ਮੱਝ ਤੇ ਹਜੇ ਵੀ ਦੁੱਧ ਦੇ ਰਹੀ ਆ ਤੁਸੀਂ ਦੇਖ ਸਕਦੇ ਬਾਈ ਜੀ ਹੁਣਾਂ ਕੋਲੇ ਸਾਰੇ ਹੀ ਡੰਗਰ ਨੀਲੀ ਰਾਵੀ ਦੇ ਰੱਖੇ ਸੀਗੇ ਬਹੁਤ ਚੰਗੇ ਡੰਗਰ ਰੱਖੇ ਬਾਈ ਜੀ ਹੁਣਾਂ ਕੋਲੇ ਤੇ ਆਹ ਦੋਸਤੋ ਆਪਾਂ ਬੱਚਾ ਲਿਆ ਸੀਗਾ ਤੇ ਇਹ ਪੱਪੂ ਸੰਧੂ ਦੀ ਬਲੱਡ ਲੈਂਡ ਚੋਂ ਸਾਹਣਾ ਦੋਸਤੋ ਜਿਹਦਾ ਬੱਚਾ ਵਾ ਆ ਦੇਖ ਸਕਦੇ ਤੁਸੀਂ ਬਾਈ ਕੋਲੇ ਬਹੁਤ ਟਾਪ ਟਾਪ ਦੀਆਂ ਨੀਲੀ ਰਾਵੀ ਦੇ ਜਿਹੜੇ ਡੰਗਰ ਰੱਖੇ ਹੋਏ ਆ ਤੇ ਇਹ ਪੱਪੂ ਸੰਧੂ ਦੀ ਬਲੱਡ ਲੈਂਡ ਚੋਂ ਦੋਸਤੋ ਆ ਗਈਆਂ ਕੱਟੀ ਤੇ ਇਹ ਆਪਾਂ ਮੰਨ ਲਓ ਫੋਰ ਸੇਲ ਕਰਨੀ ਆ ਜੇ ਮੰਨ ਲਓ ਕਿਸੇ ਨੇ ਲੈਣੀ ਹੋਵੇ ਤੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਬਹੁਤ ਵੀਰ ਕਹਿੰਦੇ ਇਹ ਛੋਟਾ ਬੱਚਾ ਲੈਣਾ ਆ ਫੋਟੋਆਂ ਦੋਸਤੋ ਬਾਈ ਦੇ ਘਰ ਦੀਆਂ ਆਪਾਂ ਨਾਲ ਲਾਤੀਆਂ ਵੀਡੀਓ ਦੇ ਤੇ ਦੇਖ ਸਕਦੇ ਆ ਤੁਸੀਂ ਸਾਹਮਣੇ ਕਿਉਂਕਿ ਇਹ ਕੱਟੀ ਆਪਣੇ ਫਾਰਮ ਤੇ ਪਹੁੰਚ ਗਈ ਆ ਤੇ ਬਹੁਤ ਵੀ ਡਿਮਾਂਡ ਕਰਦੇ ਸੀ ਛੋਟਾ ਬੱਚਾ ਸਾਹਮਣਾ ਮੰਨ ਲਓ ਚੰਗੇ ਦੁੱਧ ਦੁੱਧ ਦਾ ਰਿਕਾਰਡ ਹੋਵੇ ਮਾਂ ਦਾ ਜਾਂ ਬਾਪ ਵਾਲੇ ਪੱਖ ਤੋਂ ਚੰਗਾ ਹੋਵੇ ਤੇ ਪ੍ਰਭੂ ਤੁਹਾਡੀ ਡਿਮਾਂਡ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਆ ਮੈਂ ਤਾਂ ਤੇ ਜੇ ਤੁਹਾਨੂੰ ਚੰਗਾ ਲੱਗਾ ਬੱਚਾ ਤੇ ਤੁਸੀਂ ਇਹਨੂੰ ਖਰੀਦ ਸਕਦੇ ਆ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ YouTube ਚੈਨਲ ਨਿਊਜ਼ ਰਾਜ ਫਾਰਮ ਨਾਲ ਸਤਿ ਸ਼੍ਰੀ ਅਕਾਲ